ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਅੱਜ ਮੇਰੇ ਨਾਲ ਤੁਸੀਂ ਪਛਾਣਦੇ ਹੋਵੋਗੇ ਪ੍ਰਿਥੀਪਾਲ ਢੱਕਣ, ਜਿਹੜੇ ਹਮੇਸ਼ਾ ਚਮਕੀਲੇ ਦੀ ਬਾਂਹ ਬਣ ਕੇ ਉਹਨਾਂ ਦੇ ਨਾਲ ਲੰਬਾ ਸਮਾਂ ਗੁਜ਼ਾਰਿਆ ਅਤੇ ਬੜਾ ਪਿਆਰ ਸੀ। ਤੁਹਾਨੂੰ ਛੂਹਦੇ ਰਹੇ ਆ ਉਹ, ਹੈ ਨਾ? ਠੀਕ ਨੇ, ਹੈਲਤਾਂ ਕਰਦੇ ਰਹੇ, ਸ਼ਰਾਰਤਾਂ ਕਰਦੇ ਰਹੇ ਹਾਂ। ਅਤੇ ਪ੍ਰਿਥੀਪਾਲ ਜੀ, ਤੁਹਾਡੀਆਂ ਗੱਲਾਂ ਜ਼ਿਆਦਾ ਸੁਣਨੀਆਂ ਚਾਹੁੰਦੇ ਲੋਕ, ਅਤੇ ਜਿੱਦਾਂ ਮਣਕੂ ਦੀਆਂ ਸੁਣਨੇ ਚਾਹੁੰਦੇ ਹੁੰਦੇ, ਉਹਨਾਂ ਦੀਆਂ ਵੀ ਸੁਣਾਵਾਂਗੇ। ਤੁਸੀਂ ਕੋਈ ਯਾਦ ਉਹਨਾਂ ਦੀ, ਕੋਈ ਗੱਲਬਾਤ? ਯਾਦਾਂ ਤਾਂ ਬੜੀਆਂ ਜੀ, 4-5 ਸਾਲ ਨਾਲ ਰਹੀਆਂ ਲਗਾਤਾਰ। ਬਹੁਤ ਜ਼ਿਆਦਾ ਸਮਾਂ ਤਾਂ ਇਹਨਾਂ ਨੇ ਰਹੇ, ਅਤੇ ਬਾਕੀ ਕਲਾਕਾਰਾਂ ਨੇ ਤਾਂ ਥੋੜ੍ਹਾ ਸਮਾਂ। ਬਾਕੀ ਮੈਂ ਕਦੀ ਸ਼ਿੰਦੇ ਨਾਲ, ਸਦੀਕ ਨਾਲ, ਅੱਛਾ ਜੀ, ਪਿੱਛੇ 2 ਕੁ ਸਾਲ, 1.5-2 ਸਾਲ ਸਦੀਕ ਨਾਲ ਆਏ ਨੇ। ਅਤੇ ਐਂਡ ਦੇ ਵਿੱਚ ਫਿਰ ਤੁਸੀਂ ਜਦੋਂ ਇਹਨਾਂ ਦੀ ਡੈਥ ਹੁੰਦੀ ਉਦੋਂ ਕਿਹਦੇ ਨਾਲ ਫੇਸ? ਸੰਦੀਲਾ ਪਰਮਿੰਦਰ ਸੰਧੂ ਨਾਲ ਰਹੇ ਹਾਂ। ਸੰਦੀਲਾ ਅਤੇ ਪਰਮਿੰਦਰ ਸੰਧੂ ਦੇ ਨਾਲ? ਬਹੁਤ ਵਧੀਆ ਬੰਦੇ ਆ ਉਹ। ਅੱਛਾ ਜੀ, ਸਭ ਤੋਂ ਯਾਨੀ ਕਿ ਬਹੁਤ ਨਾਈਸ ਹੈ। ਨਾਈਸ, ਠੀਕ ਹੈ। ਕੁੜੀ ਦਾ ਸੁਭਾਅ ਬੜਾ ਚੰਗਾ ਸੀ ਪਰਮਿੰਦਰ ਸੰਧੂ ਦਾ। ਹਾਂਜੀ, ਉਹਨਾਂ ਦੀਆਂ ਕੁਛ ਯਾਦਾਂ, ਕੋਈ ਕਿੱਦਾਂ ਮਤਲਬ ਸੁਭਾਅ ਸੀਗਾ ਉਹਨਾਂ ਦਾ ਜਾਂ ਕਿੱਦਾਂ? ਸੰਦੀਲਾ ਸਾਹਿਬ ਦੱਸਦੇ ਬਹੁਤ ਚੰਗੇ ਸੀ ਉਹ। ਹਾਂ, ਬਹੁਤ ਵਧੀਆ, ਬਹੁਤ ਚੰਗੇ ਸੀ। ਅਤੇ ਉਹਨੇ ਕਦੀ ਚਮਕੀਲਾ ਨਾਲ ਜੋੜੀ ਬਣਾਉਣ ਦਾ ਵੀ ਕਦੀ ਕੀ ਕੀਤੀ ਸੀ ਗੱਲ, ਕਦੀ ਹੋਈ? ਚਮਕੀਲਾ ਤਾਂ ਚਾਹੁੰਦਾ ਸੀ। ਅੱਛਾ, ਪਰਮਿੰਦਰ ਸੰਧੂ ਨਾਲ? ਹਾਂ, ਉਹ ਇਹਨਾਂ ਦੀ ਜੋੜੀ ਬਣੀ ਹੋਈ ਸੀ, ਸੰਦੀਲਾ ਤੇ ਪਰਮਿੰਦਰ ਸੰਧੂ ਦੀ, ਉਹਨਾਂ ਦੀ ਬਣੀ ਹੋਈ ਸੀ, ਬਣੀ ਹੋਈ। ਫਿਰ ਇਹ ਤੋਂ ਬਾਅਦ ਉਹ ਗੱਲ ਬਣੀ ਨਹੀਂ ਇਹਦੀ, ਫਿਰ ਅਮਰਜੋਤ ਦੀ ਜੋੜੀ ਇਹਨਾਂ ਨੇ ਬਣਾਈ, ਫਿਰ ਬਣਾਈ ਹੈ। ਫਿਰ ਮੈਂ ਉਸ ਤੋਂ ਬਾਅਦ ਕੁਲਦੀਪ ਪਾਰਸ ਨਾਲ। ਅੱਛਾ ਜੀ, ਕੁਲਦੀਪ ਪਾਰਸ। ਲਾਸਟ ਫਿਰ ਮੈਂ ਕੁਲਦੀਪ ਪਾਰਸ ਨਾਲ। ਕੁਲਦੀਪ ਪਾਰਸ ਵੀ ਵੈਸੇ ਐਂ ਚਮਕੀਲੇ ਦੀ ਤਰ੍ਹਾਂ ਸਟੇਜਾਂ ਲਾਉਂਦਾ ਸੀ, ਬਹੁਤ ਵਧੀਆ ਸਟੇਜਾਂ ਲਾਉਂਦਾ ਸੀ। ਸਟੇਜਾਂ ਤੇ ਵਧੀਆ ਸੀ ਜੇ ਦਾਰੂ ਨਾ ਪੀਵੇ ਤਾਂ। ਹਾਂਜੀ, ਗੱਲ ਤਾਂ ਉਹ ਤਾਂ ਪ੍ਰੋਬਲਮ ਉਹਨਾਂ ਦੀ, ਕਹਿੰਦੇ ਜ਼ਿੰਦਗੀ ਦੀ ਵੀ, ਲਾਈਫ ਦੀ ਵੀ ਪ੍ਰੋਬਲਮ ਰਹੀ ਆ ਨਾ, ਇਸੇ ਕਰਕੇ ਕਹਿੰਦੇ ਹੁੰਦੇ ਜਲਦੀ ਜਹਾਨ ਤੋਂ ਜਾਣਾ ਪਿਆ। ਇੱਕ ਮਾਨਕ ਦਾ ਮੁੰਡਾ ਤੇ ਇੱਕ ਕੁਲਦੀਪ ਪਾਰਸ। ਹਾਂਜੀ, ਇਹਨਾਂ ਨੇ ਦਾਰੂ ਨੂੰ ਮਾਰਿਆ, ਦਾਰੂ ਨੇ ਮਾਰਿਆ, ਆਪਣੇ ਸਾਥੀ ਵੀ ਕਈ ਮਾਲਕੋ ਕਹਿ ਦੀ, ਉਹ ਵੀ ਕਈ ਵਾਰ ਜ਼ਿਆਦਾ ਪੀ ਜਾਂਦਾ, ਉਹ ਹੁਣ ਵੀ ਪੀਣ ਡਿਆ, ਕਮਜ਼ੋਰ ਹੋਇਆ ਬੜਾ ਉਹ, ਹਲੇ ਵੀ ਉੱਥੇ ਬੜਾ ਪਾਜਲਗਾ। ਉਦੋਂ ਪਤਾ ਨਹੀਂ ਇਹ ਕਿੱਦਾਂ ਮਣਕੂ ਹੁਣੀ ਨਾਲ ਪ੍ਰੋਗਰਾਮ ਲਾਈ ਗਿਆ। ਮੈਂ ਇਹਨਾਂ ਨੂੰ ਇੰਟਰਵਿਊ, ਕਈ ਲੋਕ ਕਹਿ ਦਿੰਦੇ ਵੀ ਤੂੰ ਬਹੁਤ ਉਹਨੂੰ ਖਿੱਚ ਕੇ ਪੁੱਛਦਾ ਜਾਂ ਦਬਕਦਾ, ਉਹਨੂੰ ਮੈਂ ਕਹਿੰਦਾ ਹੁੰਦਾ ਵੀ ਸਾਹਮਣੇ ਖੜਕੂ, ਹਰੇਕ ਸਟੇਜ ਤੇ ਹਰੇਕ ਪ੍ਰੋਗਰਾਮਾਂ ਤੇ ਤੁਹਾਨੂੰ ਟੱਕਰਦੇ ਮਿਲਦੇ ਸੀ, ਬੜੇ ਮਿਲਦੇ, ਚਿੱਠੀਆਂ ਵੀ ਮਿਲਦੀਆਂ ਸੀ। ਤੁਹਾਨੂੰ ਕਦੀ ਪਤਾ ਨਹੀਂ ਲੱਗਾ ਵੀ ਇਸ ਗੱਲ ਦਾ ਵੀ ਖਤਰਾ ਆਇਆ ਜਾਂ ਕਿੱਦਾਂ? ਨਹੀਂ ਜੀ, ਮਣਕੂ ਮਣਕੂ ਦੱਸਦਾ ਹੀ ਨਹੀਂ, ਫਿਰ ਲੋਕ ਕਹਿੰਦੇ ਵੀ ਤੂੰ ਜ਼ਿਆਦਾ ਬੋਲਦਾ, ਉਹਨੂੰ ਬੋਲਣ ਨਹੀਂ ਦਿੰਦਾ, ਪਰ ਉਹ ਦੱਸਦਾ ਨਹੀਂ ਜਾਂ ਉਹਨੂੰ ਯਾਦ ਨਹੀਂ। ਉਹ ਰਿਹਾ ਹੀ 3-3 ਮਹੀਨੇ ਸਾਰਾ ਨਾਲ ਉਹਦੇ, 3-3 ਮਹੀਨੇ ਆਪਿਆ ਜਿੱਦਾਂ ਸਿੱਧੂ ਮੂਸੇਵਾਲੇ ਦੀ ਵੀ ਇਸੇ ਕਰਕੇ ਡੈਥ ਹੋਈ ਸੇਮ, ਤੇ ਨਹੀਂ ਸਾਨੂੰ ਨਹੀਂ ਸੀ ਆਜ ਹੀ ਵੀ ਸਾਨੂੰ ਮਾਰ ਦੇਣਗੇ ਉਹ। ਹਾਂਜੀ, ਸਾਡੇ ਨਾਲ ਉਹਨਾਂ ਦਾ ਮੇਲ ਮਿਲਾਪ ਸੀ, ਆਉਂਦੇ ਜਾਂਦੇ ਸੀ। ਹਾਂਜੀ, ਇਹ ਨਹੀਂ ਗੱਲ ਵੀ ਸਾਨੂੰ ਨਹੀਂ ਪਤਾ ਵੀ ਹੁੰਦਾ ਵੀ ਇਹ ਖਾੜਕੂ ਨੇ। ਹਾਂਜੀ ਹਾਂਜੀ, ਉਦੋਂ ਜਿਹੜਾ ਵੀ ਸਿੰਘ ਆਉਂਦਾ ਸੀ ਸਾਡੇ ਵਾਸਤੇ ਖਾੜਕੂ ਹੁੰਦਾ ਸੀ ਉਹ। ਹਾਂਜੀ ਹਾਂਜੀ, ਪਰ ਫਿਰ ਵੀ ਤੁਹਾਡਾ ਡਰ ਤਾਂ ਨਿਕਲ ਆਇਆ ਸੀ ਵੈਸੇ ਮਨ 'ਚ? ਡਰ ਨਿਕਲਿਆ ਸਾਨੂੰ ਇਹ ਸੀ ਵੀ ਸਾਨੂੰ ਮਾਰ ਦੇਣੀ ਉਹ, ਮਾਰ ਦੇਣੀ ਉਹ। ਤੇ ਚਮਕੀਲਾ ਵੀ ਕਈ ਵਾਰ ਦੇਖਿਆ ਮੈਂ, ਇੱਦਾਂ ਅਮਰਜੋਤ ਨੂੰ ਫੜ ਕੇ ਮੋਹਰੇ ਕਰਦਾ ਸੀ, ਉਹਨਾਂ ਨੂੰ ਲੱਗਦਾ ਸੀ ਵੀ ਜਨਾਨੀ ਦੇ ਗੋਲੀ ਇਹਨੇ ਨਹੀਂ ਮਾਰਨੀ, ਥੋੜ੍ਹਾ ਜਿਹਾ ਵੀ ਦਿਮਾਗ 'ਚ ਉਹਨਾਂ ਦੀ ਗੱਲ ਮੈਨੂੰ ਲੱਗਦੀ ਹੈਗੀ। ਉਹ ਸਾਨੂੰ ਚਿੱਠੀਆਂ ਪਾਉਂਦੇ ਹੁੰਦੇ ਸੀ,
ਵੀ ਅਸੀਂ ਬੱਸ ਵਿੱਚ ਆ ਰਹੇ ਸੀ, ਫਲਾਣੀ ਥਾਂ ਤੁਹਾਡਾ ਅਖਾੜਾ ਲੱਗਿਆ ਸੀ ਤੇ ਤੁਹਾਡੇ ਅਸੀਂ ਪਰਚੀ ਭੇਜੀ, ਦੋ ਗੀਤ ਜਿਹੜੀ ਅਸੀਂ ਪਰਚੀ ਭੇਜੀ, ਤੁਸੀਂ ਗਾਣਾ ਬੰਦ ਕਰਕੇ ਸਾਡੇ ਦੋ ਗੀਤ ਲੈ ਪਹਿਲਾਂ ਧਾਰਮਿਕ ਹਾਂਜੀ ਹਾਂਜੀ ਗਾਣੇ ਸੁਣਨੇ ਤੇ ਏਦਾਂ ਉਹ ਸਾਨੂੰ ਫਿਰ ਇਹ ਹੋ ਗਿਆ ਸੀ ਵੀ ਯਾਰ ਸਾਡੇ ਤਾਂ ਗੀਤ ਸੁਣਦੇ ਨੇ ਇਹਨਾਂ ਸਾਨੂੰ ਕੀ ਗਾਣਾ ਇਹਨਾਂ ਕੀ ਗਾਣਾ ਤੇ ਇਹ ਚਮਕੀਲਾ ਉੱਦਾਂ ਤਾਂ ਜਿੱਦਾਂ ਕਹਿ ਦਈਏ ਨੇਚਰ ਉੱਦਾਂ ਤਾਂ ਬੀਬਾ ਸੀਗਾ, ਮਤਲਬ ਅੱਛਾ ਬੰਦਾ ਇਨਸਾਨ ਸੀਗਾ, ਵਧੀਆ ਇਨਸਾਨ ਸੀ ਵੈਸੇ, ਜੇ ਆਪਾਂ ਉਹਨੂੰ ਡਰ ਨੂੰ ਇੱਕ ਪਾਸੇ ਯਾਰ ਉਹ ਚੀਜ਼ ਗੱਲ ਨੂੰ ਛੱਡ ਦਈਏ, ਉੱਦਾਂ ਜਿੱਦਾਂ ਡਰ ਉਹਦੇ ਮਨ 'ਚ ਹੈ ਨਹੀਂ, ਸਟੇਜ 'ਤੇ ਵੀ ਬੜਾ ਪਿਆਰ ਸਤਿਕਾਰ ਜੇ ਇਹਨਾਂ ਨਾਲ ਬੜਾ ਪਿਆਰ ਸੀ ਸਾਰੇ, ਕਿਸੇ ਨਾਲ ਮਾੜਾ ਨਹੀਂ ਬੋਲਣਾ, ਮਾੜਾ ਨਹੀਂ ਬੋਲਣਾ, ਇੱਦਾਂ ਤਾਂ ਨਹੀਂ ਸੀ, ਚੁੱਪ ਰਹਿਣਾ, ਇਨਸਾਨ ਵਧੀਆ ਸੀ ਜੀ, ਇਨਸਾਨ ਵਧੀਆ, ਵਾਹ ਜ਼ਿਆਦਾ ਦਾਰੂ ਨਹੀਂ ਪੀਣੀ, ਹਾਂਜੀ ਹਾਂਜੀ ਉਹੀ ਗੱਲ ਹੈ ਵੀ ਉਹ ਚੀਜ਼ਾਂ ਤੋਂ ਬਚ ਕੇ ਬੜੇ ਗਾਇਕੀ ਵੱਲ ਧਿਆਨ ਰੱਖਿਆ, ਗਾਇਕੀ ਵੱਲ ਧਿਆਨ ਰੱਖਿਆ, ਜਦੋਂ ਬੰਦਾ ਡਾਊਨ ਹੋਊਗਾ ਸ਼ਰਾਬ ਕਰਕੇ ਹੋਊਗਾ, ਤੇ ਬਾਕੀ ਜਿੱਦਣ ਡੈਥ ਹੋਈ ਆ ਤੁਸੀਂ ਤਾਂ ਉੱਧਰ ਹੈ ਨਹੀਂ ਸੀ, ਮਣਕੂ ਨਹੀਂ ਸੀਗੇ, ਤੇ ਮੇਰੇ ਸਾਹਮਣੇ ਅੱਖਾਂ ਦੇ ਸਾਰਾ ਇਹ ਵਾਕਿਆ ਹੋਇਆ ਸੀ। ਹੁਣ ਇਹ ਕਈ ਕਹਿ ਦਿੰਦੇ ਜੀ ਭੱਜ ਜਾਂਦੇ, ਹੁਣ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰ ਕੇ ਪਹਿਲਾਂ ਤਾਂ ਮਾਰਨ ਵਾਲੇ ਬੰਦੇ ਹੀ ਭੱਜਣਗੇ ਨਾ, ਜਦੋਂ ਭੱਜ ਗਏ ਉਸ ਤੋਂ ਬਾਅਦ ਸਾਰੇ ਉਹਨਾਂ ਦੇ ਕੋਲ ਨੂੰ ਗਏ ਆ, ਫਿਰ ਉਹ ਦੂਰ ਨਹੀਂ ਭੱਜੇ, ਕੋਲ ਨੂੰ ਗਏ, ਇੱਦਾਂ ਸਾਰੇ ਉਹਨਾਂ ਦੇ ਕੋਲ ਵੀ ਆਏ ਸੀ, ਮਤਲਬ ਦੇਬੂ ਜੀ ਦਾ ਜੀਦਾ ਸੀ ਜਿਹਨੂੰ ਪਾਣੀ ਵੀ ਪਿਲਾਇਆ ਜੀ, ਬੁੜੀਆਂ ਵੀ ਤੇ ਅਸੀਂ ਵੀ ਸਾਰੇ ਅਸੀਂ ਜਾ ਕੇ ਦੇਖਿਆ, ਦੁਬਾਰਾ ਗਏ ਆ, ਬੰਦਿਆਂ ਦੀ ਬੰਦੇ ਵੀ ਦੇਖੇ ਆ ਜੀ। ਹੁਣ ਉਹ ਤੁਹਾਨੂੰ ਇੱਕ ਵੀਡੀਓ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕਦੇ ਵੀ ਬਣਾ ਕੇ ਆਪਾਂ ਦੱਸ ਦਵਾਂਗੇ, ਕਿਉਂਕਿ ਹਾਲੇ ਵੀ ਮੀਡੀਆ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹਨ ਬਹੁਤ ਘੁੰਮੀ ਜਾਂਦੀਆਂ, ਤੇ ਦੀਪਾ ਹੇਰਾਂ ਵਾਲਿਆਂ ਜੀ ਜਿੱਦਾਂ ਠੀਕ ਆ ਹੀਰੋ ਬਾਅਦ ਦੇ ਵਿੱਚ ਸੀਗੇ, 92 ਤਾਂ ਹੀ ਰਹੇ ਆ ਬਣੇ ਆ, ਪਰ ਉਸ ਟਾਈਮ ਜਦੋਂ ਚਮਕੀਲਾ ਮਾਰਿਆ ਉਸ ਟਾਈਮ ਉਹ ਥੋੜ੍ਹੀ ਜਿਹਾ ਸਿਰਫ ਮਤਲਬ ਸਕੂਟਰ ਚਲਾਉਂਦੇ ਹੁੰਦੇ ਸੀ, ਜ਼ਿਆਦਾ ਚੁਸਤ ਸੀਗੇ ਦੀਪਾ ਹੇਰਾਂ ਵਾਲਾ, ਇਹਨਾਂ ਨਾਂ ਨਹੀਂ ਮੇਰਾ ਕਹਿਣ ਦਾ ਮਤਲਬ ਵੀ ਉਹ ਆਪਾਂ ਇਕੱਲੀ ਇਕੱਲੀ ਗੱਲ ਸਾਰੀ ਦੱਸਾਂਗੇ ਕਿਹੜਾ ਬੰਦਾ ਕੀ ਕਰਦਾ ਸੀ, ਕਿਹਨੇ ਗੋਲੀਆਂ ਮਾਰੀਆਂ ਸੀਗੀਆਂ, ਆਉਣ ਵਾਲੇ ਟਾਈਮ 'ਚ ਉਹ ਵੀਡੀਓ ਬਣਾ ਕੇ ਕਲੀਅਰ ਕਰ ਦੇਵਾਂਗੇ, ਕਿਉਂਕਿ ਹਾਲੇ ਤੱਕ ਸਾਰਿਆਂ ਨੇ ਇਹੀ ਆ ਸਾਰਿਆਂ ਦੇ ਦਿਮਾਗ 'ਚ ਵੀ ਦੀਪੇ ਹੇਰਾਂ ਵਾਲਿਆਂ ਨੇ ਉਹਨਾਂ ਦੇ ਗੋਲੀ ਮਾਰੀ, ਇਹੀ ਦਿਮਾਗ 'ਚ ਆ, ਉਹ ਆਪਾਂ ਸਹੀ ਜਿਹੜੀ ਗੱਲਬਾਤ ਆ ਕਿਤੇ ਦੱਸ ਦਾਂਗੇ, ਹਾਲੇ ਕਿਸੇ ਜਿਹੜਾ ਬੰਦਾ ਸਾਹਮਣੇ ਉਹਨਾਂ ਨੂੰ ਤਾਂ ਪਤਾ ਆ ਕਿੱਦਾਂ ਹੋਏ, ਜਿਹੜੇ ਕੋਲ ਸੀ ਖੜੇ ਆਲੇ ਦੁਆਲੇ, ਤੇ ਜਿਹੜੇ ਨਹੀਂ ਖੜੇ ਸੀਗੇ ਤਾਂ ਉਹਨਾਂ ਨੂੰ ਨਹੀਂ ਪਤਾ, ਉਹ ਸੁਣੀਆਂ ਸੁਣਾਈਆਂ ਗੱਲਾਂ ਆ, ਸੁਣੀ ਸੁਣਾਈ ਗੱਲ, ਆਪਾਂ ਜਿਹੜੀ ਅੱਖੀਂ ਦੇਖੀ ਵਾ ਉਹ ਕਿਤੇ ਨਾ ਕਿਤੇ ਬੈਠ ਕੇ ਦੇਖਿਆ ਸੱਚ ਹੁੰਦਾ, ਹਾਂਜੀ ਉਹ ਕਰਾਂਗੇ, ਉਹ ਫਿਰ ਸਾਰਾ ਹੀ ਬੈਠ ਕੇ ਵੀਡੀਓ ਥੋੜੀ ਲੰਬੀ ਹੋਊਗੀ ਤੇ ਬਣਾਵਾਂਗੇ।